ਦੂਜਿਆਂ ਦੇ ਸਾਹਮਣੇ ਆਪਣੇ ਦੁੱਖਾਂ ਨੂੰ ਕਦੇ ਵੀ ਸ਼ੇਅਰ ਨਾ ਕਰੋ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਾ ਸ਼ੇਅਰ ਕਰੋ ਆਪਣੇ ਆਪ ਦੀ ਕਦਰ ਕਰਨਾ ਸਿੱਖੋ ਆਪਣੇ ਤੋਂ ਵੱਡੇ ਵਿਅਕਤੀ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਏ ਹਮੇਸ਼ਾ ਬੋਲਣ ਲੱਗੇ ਮਿੱਠਾ ਅਤੇ ਹੌਲੀ ਬੋਲਣਾ ਚਾਹੀਦਾ ਹਮੇਸ਼ਾ ਆਪਣੇ ਆਪ ਨੂੰ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਕਦੇ ਗੱਪ ਛੱਪ ਨਾ ਮਾਰੋ ਹਮੇਸ਼ਾ ਆਪਣੀ ਗੱਲ ਤੇ ਕਾਇਮ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਹਮੇਸ਼ਾ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ਕਦੇ ਵੀ ਕਿਸੇ ਨਾਲ ਬੁਰਾ ਕਿਉਂਕਿ ਬੁਰੇ ਕੰਮ ਦਾ ਨਤੀਜਾ ਬਹੁਤ ਬੁਰਾ ਹੁੰਦਾ ਹੈ ਸਮੇਂ ਦੀ ਕਦਰ ਕਰਨਾ ਸਿੱਖੋ ਦੂਸਰੇ ਲੋਕਾਂ ਨੂੰ ਆਪਣਾ ਸਮਾਂ ਨਾ ਦਿਓ ਕਿਉਂਕਿ ਜਿੰਨਾ ਲੋਕਾਂ ਪਿੱਛੇ ਤੁਸੀਂ ਆਪਣਾ ਸਮਾਂ ਖਰਾਬ ਕਰਦੇ ਹੋ ਆਖਰ ਵਿੱਚ ਉਹੀ ਬੰਦਾ ਤੁਹਾਨੂੰ ਛੱਡ ਕੇ ਚਲਾ ਜਾਂਦਾ ਹੈ ਕਿਸੇ ਦੀ ਇੰਨੀ ਵੀ ਕਦਰ ਨਾ ਕਰੋ ਕਿ ਉਹ ਵਿਅਕਤੀ ਤੁਹਾਡੀ ਕਦਰ ਭੁੱਲ ਜਾਵੇ ਕਦੇ ਕਿਸੇ ਦੀ ਪੂੰਛ ਪੂੰਛ ਨਾ ਕਰੋ ਕਿਉਂਕਿ ਜਿੰਨਾ ਤੁਸੀਂ ਉਸ ਬੰਦੇ ਦੀ ਪੋਚ-ਪੋਚ ਕਰਦੇ ਹੋ ਉਹ ਬੰਤਾ ਓਨਾ ਹੀ ਐਟੀਟਿਊਡ ਤੁਹਾਡੇ ਸਾਹਮਣੇ ਲਿਆ ਖੜਾ ਕਰ ਦੇਵੇਗਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਅੱਧਾ ਨਹੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ